ਇੱਥੇ ਕਿਰਲੀਆਂ ਮੈਂ ਆਉਣੇ ਇਹਨੂੰ ਹਟਾਇਆ ਟ੍ਰੇ ਚ ਹੀ ਆ ਜਿਹੜੀ ਇੱਥੇ ਤੁਸੀਂ ਦੇਖੋ ਇਹਦੇ ਵਿੱਚੋਂ ਕਿਰਲੀਆਂ ਚਾਰ ਨਿਕਲ ਕੇ ਹੁਣੇ ਬਾਹਰ ਚਲ ਗਈਆਂ ਟੈਂਕੀ ਦਾ ਪਾਣੀ ਕੋਈ ਪਾਣੀ ਟੈਂਕੀ ਦਾ ਸਾਫ਼ ਕਰਾਇਆ ਸੈਂਪਲ ਟੈਸਟ ਕਰਾਇਆ ਪਰ ਤੁਝੇ ਲੱਗਦਾ ਹੀ ਨਹੀਂ ਹੈ ਜਿਹੜਾ ਰੰਗ ਆ ਨਾ ਸੂਟਾਂ ਦੇ ਦੇਖਣੇ ਚਾਹੀਦੇ ਆ ਤੇ ਮੋਰ ਪੰਖੀਆ ਫਲਾਣਾ ਸ਼ੇਡ ਦੇਖਣਾ ਘਰ ਚ ਪੇਂਟ ਕਰਨਾ ਉਹਦਾ ਰੰਗ ਦੇਖੋ ਗੱਡੀ ਖਰੀਦਣੀ ਉਹਦਾ ਰੰਗ ਦੇਖੋ ਯਾਰ ਖਾਣ ਵਾਲੀ ਚੀਜ਼ ਦਾ ਰੰਗ ਕੀ ਦੇਖਣਾ ਮਾਰੇ ਬੰਦੇ ਲੱਗੇ ਦੇਖੋ ਇਨਕੀ ਹਾਲਤ ਕੱਛੇ ਦੇਖੋ ਇਨਕੇ ਆ ਦੇਖ ਕੈਪਰੀਆਂ ਕਿਦਾਂ ਦੀਆਂ ਪਾਈਆਂ ਨਹਾਏ ਆ ਕਦੀ ਕਲਰ ਦਾ ਚਲਨ ਹੀ ਬੰਦ ਹੋਣਾ ਚਾਹੀਦਾ ਕਲਰ ਕਿਉਂ ਪਾਉਂਦੇ ਆ ਕਲੋਰ ਕਲਰ ਤਾਂ ਅੱਖਾਂ ਨੂੰ ਅਲੋਰ ਕਰਦਾ ਨਾ ਸੈਂਸ ਆਫ ਸਾਈਟ ਵਾਸਤੇ ਆ ਆਪਾਂ ਤਾਂ ਫੂਡ ਲਈ ਚਾਹੀਦੀ ਹੈ ਜਿਹੜੀ ਚੀਜ਼ ਸਾਬਣ ਲੈਣੇ ਉਹ ਸਕਿਨ ਲਈ ਫਿੱਟ ਹੋਵੇ ਪੰਜਾਬ ਦਾ ਗੁੜ ਹੈ ਮੱਕੀ ਦੀ ਰੋਟੀ ਸਰੋਂ ਦਾ ਸਾਗ ਲੱਸੀ ਮੱਖਣ ਸਾਡਾ ਗਿਫਟ ਹੈ ਲੋਕੀ ਖਾਣ ਆਉਂਦੇ ਦੁਰਿੰਦਰੋਂ ਸਾਡੇ ਗੁੜ ਦਾ ਕੀ ਬਣਾਤਾ ਚੀਨੀ ਪਾਪਾ ਉਹ ਸਿਰਫ ਦੇਖਣ ਨੂੰ ਗੁੜ ਲੱਗ ਰਿਹਾ ਚੀਨੀ ਆ ਉਹ ਸੁੱਟੀ ਜਾਂਦੇ ਬੋਰੇ ਭਰ ਭਰ ਮੈਂ ਤਾਂ ਦੇਖਿਆ ਤੇ ਤੁਹਾਨੂੰ ਕਿੱਦਾਂ ਦੇ ਦੋ ਲੋਕਾਂ ਨੂੰ ਵੀ ਚਾਹੀਦਾ ਵੀ ਯਾਰ ਘੱਟ ਪਨੀਰ ਪਾ ਲਓ ਪਰ ਬਹੁਤ ਸ਼ੁੱਧ ਉਹਦਾ ਮਿਆਰ ਠੀਕ ਹੋਵੇ ਅਸੀਂ ਤੁਸੀਂ ਖਾਣਾ ਵਿਆਹ 'ਚ ਸਾਡੇ ਰਿਸ਼ਤੇਦਾਰ ਆਏ ਆ ਨਾ ਪਾਓ ਪਨੀਰ ਕੋਈ ਜ਼ਰੂਰੀ ਥੋੜਾ ਦਾਲ ਨਾਲ ਰੋਟੀ ਖਾਧੀ ਜਾ ਸਕਦੀ ਆ ਸੈਂਪਲ ਲਓ ਇਹਨਾਂ ਦੇ ਪੇਠੇ ਤੋਂ ਹੀ ਸੈਂਪਲ ਲਓ ਇਹਨਾਂ ਦਾ ਪਾਣੀ ਵੀ ਸੈਂਪਲ ਭਰਦੇ ਰਾਂ ਦੇ ਮਦੇ ਨਜ਼ਰ ਤੰਦਰੁਸਤ ਮਿਸ਼ਨ ਪੰਜਾਬ ਦੇ ਤਹਿਤ ਫੂਡ ਸੇਫਟੀ ਐਕਟ ਜਿਹੜਾ ਕਿ ਹਮੇਸ਼ਾ ਦੁਕਾਨਾਂ ਲਾਗੂ ਹੁੰਦਾ ਲੇਕਿਨ ਅੱਜ ਫੂਡ ਸੇਫਟੀ ਅਫਸਰ DHO ਜੋ ਕਿ ਇੱਕ ਧਾਕੜ ਅਫਸਰ ਗਿਣੇ ਜਾਂਦੇ ਸਨ ਹੁਸ਼ਿਆਰਪੁਰ ਤੋਂ ਸਪੈਸ਼ਲ ਤੌਰ ਤੇ ਤਰਨਤਾਰਨ ਲਗਾਇਆ ਗਿਆ ਵਾ ਸਰਦਾਰ ਵੀਰ ਸਿੰਘ ਜਿਨ੍ਹਾਂ ਨੂੰ ਤਰਨ ਦਾ ਸਪੈਸ਼ਲ ਤੌਰ ਲਗਾਇਆ ਗਿਆ ਵਾ ਅਤੇ ਤਿਉਹਾਰਾਂ ਦੇ ਮੱਦੇ ਨਜ਼ਰ ਜਿਹੜੀਆਂ ਵੀ ਖਾਣ ਵਾਲੀਆਂ ਵਸਤੂਆਂ ਉਹਨਾਂ ਦੀ ਅੱਜ ਸੈਂਪਲਿੰਗ ਕੀਤੀ ਜਾ ਰਹੀ ਆ ਇਸ ਵਕਤ ਅਸੀਂ ਮੌਜੂਦ ਹਾਂ ਪੇਠੇ ਵਾਲੀ ਫੈਕਟਰੀ ਵੇ ਜਿੱਥੇ ਪੇਠਾ ਵੇਖ ਸਕਦੇ ਹੋ ਕਿਸ ਤਰ੍ਹਾਂ ਬਣਾਇਆ ਜਾ ਰਿਹਾ ਵਾ ਕੋਈ ਸਫਾਈ ਦਾ ਪ੍ਰਬੰਧ ਨਹੀਂ ਆ ਨਾ ਕੋਈ ਪਾਣੀ ਦਾ ਸਫਾਈ ਦਾ ਪ੍ਰਬੰਧ ਆ ਤਸਵੀਰਾਂ ਦਿਖਾ ਦਈਏ ਕਿਸ ਤਰ੍ਹਾਂ ਪੇਠਾ ਇੱਕ ਗਲਿਆ ਸੜਿਆ ਪੇਠਾ ਜਿਹੜਾ ਕਿ ਲੋਕਾਂ ਦੀ ਸਿਹਤ ਨਾਲ ਬਿਲਕੁਲ ਖਲਵਾੜ ਹੈ ਜਿਹੜਾ ਖਵਾਇਆ ਜਾ ਰਿਹਾ ਅੱਜ ਇਸ ਜਗ੍ਹਾ 'ਤੇ ਸਰਦਾਰ ਲਖਬੀਰ ਸਿੰਘ ਪਹੁੰਚੇ ਨੇ ਆਓ ਨਾ ਗੱਲਬਾਤ ਕਰਨੇ ਵੀ ਕੀ ਕਹਿਣਾ ਚਾਹੁੰਦੀ ਆ ਵੀ ਅੱਜ ਸਪੈਸ਼ਲ ਤੌਰ 'ਤੇ ਜੂ ਲੱਗੀ ਆ ਕਿਵੇਂ ਦੇਖਦੇ ਹੋ ਲਗਾਤਾਰ ਹੀ ਸਿਹਤ ਨਾਲ ਖਲਵਾੜ ਹੁੰਦਾ ਪਿਆ ਹੈ ਦੇਖੋ ਜਿਹੜਾ ਜਿੱਥੇ ਤਾਈਂ ਕ੍ਰਾਈਮ ਜਾਂ ਅਫੈਂਸ ਜੁਰਮ ਹੁੰਦਾ ਉਹਦੇ ਨਾਲ ਨਾਲ ਜਿਹੜੇ ਉਹਦੇ ਪ੍ਰਤੀ ਵਫਾਦਾਰੀ ਦੇਸ਼ ਪ੍ਰਤੀ ਨਿਭਾਉਣ ਵਾਲੇ ਹੁੰਦੇ ਉਹ ਵੀ ਲੋਕ ਜਿਉਂਦੇ ਵਸਦੇ ਰਹਿੰਦੇ ਆ ਸੋ ਜਿਹੜਾ ਵੀ ਵਿਅਕਤੀ ਅੱਛਾ ਕੰਮ ਕਰਦਾ ਮੈਨੂੰ ਲੱਗਦਾ ਉਸਨੂੰ ਸਲਿਊਟ ਚਾਹੀਦਾ ਕੋਈ ਵੀ ਹੋਵੇ ਭਾਵੇਂ ਸੋ ਅੱਜ ਇੱਥੇ ਆਏ ਹਾਂ ਅਤੇ ਇੱਥੇ ਪੇਠੇ ਫੋਕਲ ਪੁਆਇੰਟ 'ਤੇ ਖੜ੍ਹੇ ਹਾਂ ਪੇਠੇ ਦੇ ਹਾਲਾਤ ਦੇਖੇ ਆ ਬਣਦਾ ਪੇਠਾ ਦੇਖਿਆ ਇੱਥੇ ਇਹ ਬਲਕ ਵਿੱਚ ਪੇਠਾ ਬਣਾਉਂਦੇ ਆ ਅਤੇ ਪਤਾ ਨਹੀਂ ਉਹਨੇ ਕਿੱਥੇ ਕਿੱਥੇ ਸਪਲਾਈ ਕਰ ਦੇਣਾ ਸਾਨੂੰ ਪਤਾ ਹੀ ਨਹੀਂ ਕਿੱਥੇ ਕਿੱਥੇ ਪਹੁੰਚ ਜਾਣਾ ਔਰ ਕਿੱਥੇ ਕਿੱਥੇ ਫੂਡ ਸੇਫਟੀ ਟੀਮ ਪਹੁੰਚੂਗੀ ਇੱਥੇ ਪਹੁੰਚ ਗਏ ਹਾਂ ਵੀ ਜਿਹੜਾ ਬਣਾਉਣ ਵਾਲਾ ਜੇ ਮਿਆਰ ਨਹੀਂ ਨਾ ਪੂਰਾ ਮਾਪਦੰਡਾਂ 'ਤੇ ਖਰਾ ਨਹੀਂ ਉਤਰਦਾ ਅਤੇ ਫਿਰ ਸਖ਼ਤ ਕਾਰਵਾਈ ਕਰਨੀ ਇਹਨੂੰ ਅਕਲ ਦੇਣ ਆਏ ਅੱਜ ਹਾਂ ਬਾਕੀ ਇਹ ਆ ਵੀ ਤਿਉਹਾਰਾਂ ਨੂੰ ਮੱਦੇਨਜ਼ਰ ਰੱਖਦੇ ਸਾਡੇ ਜਿਹੜੇ ਕਮਿਸ਼ਨਰ ਫੂਡ ਐਂਡ ਡਰੱਗ ਪੰਜਾਬ ਆ ਉਹਨਾਂ ਦੇ ਸਪੈਸ਼ਲ ਆਦੇਸ਼ ਪ੍ਰਾਪਤ ਹੋਏ ਵੀ ਲੋਕਾਂ ਨੂੰ ਮਠਿਆਈ ਜਿਹੜੀ ਸ਼ੁੱਧ ਜਿਹੜੀ ਆ ਸਹੀ ਮਠਿਆਈ ਮਿਲਣੀ ਚਾਹੀਦੀ ਆ ਕੀਮਤ ਅਦਾ ਕਰਦੇ ਉਹਨਾਂ ਦਾ ਹੱਕ ਬਣਦਾ ਵੀ ਉਹ ਮਿਆਰੀ ਚੀਜ਼ ਲੈਣ ਉਹ ਪਨੀਰ ਦੇ ਪੈਸੇ ਦਿੰਦੇ ਆ ਪੇਠੇ ਦੇ ਪੈਸੇ ਦਿੰਦੇ ਮਠਿਆਈ ਦੇ ਇਹ ਥੋੜ੍ਹਾ ਵੀ ਰੰਗ ਬਾਰ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਜੀ ਵੀ ਜਿਹੜਾ ਰੰਗ ਆ ਨਾ ਸੂਟਾਂ ਦੇ ਦੇਖਣੇ ਚਾਹੀਦੇ ਆ ਵੀ ਮੋਰ ਪੰਖੀਆ ਫਲਾਣਾ ਸ਼ੇਡ ਦੇਖਣਾ ਘਰ 'ਚ ਪੇਂਟ ਕਰਨਾ ਉਹਦਾ ਰੰਗ ਦੇਖੋ ਗੱਡੀ ਖਰੀਦਣੀ ਉਹਦਾ ਰੰਗ ਦੇਖੋ ਯਾਰ ਖਾਣ ਵਾਲੀ ਚੀਜ਼ ਦਾ ਰੰਗ ਕੀ ਦੇਖਣਾ ਉਹ ਚੀਜ਼ ਤੁਹਾਡੇ ਸਿਹਤ ਲਈ ਜਿਹੜੀ ਫਿੱਟ ਆ ਉਹਨੂੰ ਦੇਖੋ ਕਲਰ ਤੋਂ ਕੀ ਲੈਣਾ ਕੋਈ ਖਾ ਲਿਆ ਅੰਦਰ ਚਲ ਗਈ ਤੁਹਾਡੇ ਜਿਹੜਾ ਕਲਰ ਤੁਹਾਡੇ ਲਈ ਹੈ ਹੀ ਨਹੀਂ ਫਿੱਟ ਕਲਰ ਦਾ ਚਲਨ ਹੀ ਬੰਦ ਹੋਣਾ ਚਾਹੀਦਾ ਕਲਰ ਕਿਉਂ ਪਾਉਂਦੇ ਆ ਕਲੋਰ ਕਲਰ ਤਾਂ ਅੱਖਾਂ ਨੂੰ ਅਲੋਰ ਕਰਦਾ ਨਾ ਸੈਂਸ ਆਫ ਸਾਈਟ ਵਾਸਤੇ ਆ
ਆਪਾਂ ਤਾਂ ਫੂਡ ਲਈ ਚਾਹੀਦੀ ਹੈ, ਜਿਹੜੀ ਚੀਜ਼ ਸਾਬਣ ਲੈਣੇ ਉਹ ਸਕਿਨ ਲਈ ਫਿੱਟ ਹੋਵੇ। ਮੇਰੀ ਗੱਲ ਸੁਣੋ, ਉਹਦਾ ਕਲਰ ਕੀ ਦੇਖਣਾ, ਰੰਗ ਕਿਉਂ ਦੇਖਦੇ ਹੋ? ਮਤਲਬ ਜਿਹੜਾ ਕਲਰ ਜਦੋਂ ਲੋਕ ਡਿਮਾਂਡ ਕਰਦੇ ਆ ਇਹ ਲੋਕ ਬਣਾਉਂਦੇ ਆ, ਲੋਕੀ ਡਿਮਾਂਡ ਕਰਨ, ਲੋਕੀ ਮੈਂ ਕਹਿੰਦਾ ਲੋਕੀ ਆਪੇ ਹੀ ਕਹਿਣ ਵੀ ਨਹੀਂ ਅਸੀਂ ਲੈਣੀ ਨੀ, ਕਿੰਨਾ ਚਿਹਰੇ ਬਣਾਊਗੇ ਬੰਦੇ। ਜਦੋਂ ਲੋਕੀ ਪ੍ਰੈਕਟਿਸ ਬੰਦ ਕਰ ਦੇਣਗੇ ਰੰਗੀਨ ਮਠਿਆਈਆਂ, ਯਾਰ ਬੰਦ ਖਾਊਗਾ। ਜਦੋਂ ਲੋਕਾਂ ਨੇ ਸੁਧਾਰ, ਅਵੇਅਰਨੈਸ ਦੋਨੇ ਤਰਫ ਆਉਣੀ ਚਾਹੀਦੀ ਆ। ਅੱਛਾ ਸਰ, ਤੁਸੀਂ ਫੈਕਟਰੀ ਦੇ ਮਾਲਕ ਨੂੰ ਮਿਲੇ, ਉਹਨੇ ਕੀ ਕਿਹਾ? ਦੇਖੋ ਉਹ ਬੰਦਾ ਕਹਿ ਰਿਹਾ ਭਈ ਮੈਨੂੰ ਪਤਾ ਹੀ ਨੀ ਲਾਇਸੈਂਸ ਵੀ ਜ਼ਰੂਰੀ ਆ। ਉਹ ਕਹਿੰਦਾ ਮੈਨੂੰ, ਮੈਂ ਉਹਨੂੰ ਪੁੱਛਿਆ ਵੀ ਤੁਹਾਡੇ ਕਦੀ ਆਏ ਫੂਡ ਸੇਫਟੀ ਟੀਮ, ਮੈਨੂੰ ਇਹ ਵੀ ਪੁੱਛ ਰਿਹਾ। ਸੋ ਮੇਰਾ ਕਹਿਣ ਦਾ ਮਤਲਬ ਆ ਭਈ ਅਸੀਂ ਆਏ, ਅਸੀਂ ਇਹ ਕਹਿੰਦੇ ਵੀ ਉਹਨੂੰ ਉਹ ਚੀਜ਼ਾਂ, ਕਹਿੰਦਾ ਮੈਨੂੰ ਪਤਾ ਹੀ ਕੱਖ ਨੀ ਵੀ ਤੁਸੀਂ ਹਰ ਯੂਪੀ ਚ ਆ ਜਾਣਾ। ਇੱਕ ਬੰਦਾ ਇਹਨਾਂ ਦਾ ਉਹ ਪਰੇ ਫੈਕਟਰੀ ਆ, ਉਹਨਾਂ ਕੋਲ ਜਾ ਕੇ ਗਏ, ਉਹ ਕਹਿੰਦਾ ਯਾਰ ਉਹ ਸਿੱਖਣਾ, ਅਸੀਂ ਸਿੱਖਣਾ, ਮੈਂ ਸਿੱਖਣਾ ਇਹ ਚੀਜ਼। ਮੈਂ ਕਿਹਾ ਯਾਰ ਸਕੂਟਰ ਚਲਾਉਣਾ ਹੋਵੇ ਤੂੰ ਤਾਂ, ਤੈਨੂੰ ਹੀ ਸਿੱਖਣਾ ਪੈਣਾ, ਮੈਂ ਥੋੜਾ ਸਿੱਖਣਾ, ਤੈਂ ਸਿੱਖਣਾ। ਜੇ ਤੂੰ ਪੇਠਾ ਬਣਾਉਣਾ ਤਾਂ ਤੈਨੂੰ ਸਿੱਖਣਾ ਪੈਣਾ ਵੀ ਇਹਦੇ ਲਈ ਕੀ ਆ। ਉਹਨੂੰ ਪਤਾ ਹੀ ਨੀ ਵੀ ਵਾਟਰ ਦਾ ਜਿਹੜਾ ਵਾਟਰ ਪਾਣੀ ਯੂਜ਼ ਹੁੰਦਾ, ਆ ਇੰਨਾ ਬਲਕ ਚ ਪਾਣੀ ਦਾ ਸੈਂਪਲ ਪਾਸ ਕਰਾਉਣਾ ਚਾਹੀਦਾ। ਇੱਥੇ ਕਿਰਲੀਆਂ ਮੈਂ ਆਉਣੇ ਇਹਨੂੰ ਹਟਾਇਆ ਟਰੇ ਜਿਹੀ, ਆ ਜਿਹੜੀ ਇੱਥੇ ਤੁਸੀਂ ਦੇਖੋ ਇਹਦੇ ਵਿੱਚੋਂ ਕਿਰਲੀਆਂ ਚਾਰ ਨਿਕਲ ਕੇ ਹੁਣੇ ਬਾਹਰ ਚਲ ਗਈਆਂ। ਬੋਲੇ ਇਹਦੇ ਵਿੱਚ ਇਹਨੇ ਪੇਠਾ ਪਾਉਣਾ, ਪਰ ਯਾਰ ਕੋਈ ਮਿਆਰ ਹੋਣਾ ਨਾ, ਕੋਈ ਚੀਜ਼ ਤੁਸੀਂ ਖਾਣ ਨੂੰ ਦੇ ਰਹੇ ਆ, ਇਹਨੂੰ ਪੁੱਛੇ ਤੂੰ ਖਾ ਲਊਗਾ ਇਹ ਚੀਜ਼? ਅੱਛਾ, ਲੱਗਦਾ ਨੀ ਸਰ ਜਿਹੜੀਆਂ ਸਲਾਹ ਸਿਹਤ ਮਹਿਕਮਾ ਜਿਹੜਾ ਲੋਕਲ ਹੈਗਾ ਵਾ, ਕਿਉਂਕਿ ਤੁਸੀਂ ਹੁਸ਼ਿਆਰਪੁਰ ਤੋਂ ਸਪੈਸ਼ਲ ਆਏ ਹੋ, ਉਹਨਾਂ ਦੀ ਡਿਊਟੀ ਬਣਦੀ ਸੀ ਜਾਂ ਉਹਨਾਂ ਦੀ ਕੋਤਾਹੀ ਹੈਗੀ ਵੀ ਇਹਨਾਂ ਨੂੰ ਸਟੈਂਡਰਡ ਵਾਲੇ ਫੂਡ ਸੇਫਟੀ ਬਾਰੇ? ਦੇਖੋ ਯਾਰ, ਮੇਰਾ ਮੈਂ ਨੀ ਕਿਸੇ ਤੇ ਸਵਾਲ ਉਠਾਉਣਾ। ਮੈਨੂੰ ਜਦੋਂ ਉਹ ਜਾਣਨ, ਜਿਹਦੇ ਜਿਹੜਾ ਬੰਦਾ ਜਿਹਦੀ ਜ਼ਿੰਮੇਵਾਰੀ ਆ, ਜਦੋਂ ਤੋਂ ਮੈਨੂੰ ਲਾਇਆ ਨਾ, ਮੈਂ ਉਹਦਾ ਅਨਸਰੇਬਲ ਆ ਭਈ ਮੈਂ ਕੀ ਕਰਨਾ, ਜਿੰਨਾ ਕੁ ਸਮਾਂ ਮਿਲਿਆ ਮੈਂ ਉਹਦਾ ਕਰਕੇ ਜਾਊਂ ਜਸਟੀਫਾਈ। ਬਾਕੀ ਇਹ ਆ ਭਈ ਮੈਂ ਇੰਨਾ ਜ਼ਰੂਰ ਕਹਿੰਦਾ ਭਈ ਮੈਨੂੰ, ਤੁਹਾਨੂੰ, ਹਰ ਬੰਦੇ ਨੂੰ, ਦੇਸ਼ ਵਾਸੀ ਨੂੰ, ਜਿੱਥੇ ਜਿੱਥੇ ਕੋਈ ਆਪਦੀ ਡਿਊਟੀ ਪਰਫਾਰਮ ਕਰਦਾ ਉਹਨੂੰ ਇਮਾਨਦਾਰੀ ਨਾਲ, ਓਨੈਸਟਲੀ, ਸਿੰਸੀਅਰਲੀ ਕਰਨੀ ਚਾਹੀਦੀ ਹੈ, ਕਿਉਂਕਿ ਹਰ ਬੰਦਾ ਸਾਡਾ ਆਪਣਾ ਹੈ, ਇਸ ਦੇਸ਼ ਦਾ, ਪੰਜਾਬੀ ਸਾਡੇ ਆਪਣੇ ਆ। ਗੁੜ ਤੇ ਬੜਾ ਮਿਹਨਤ ਕੀਤੀ ਆ ਉੱਥੇ ਹੁਸ਼ਿਆਰਪੁਰ ਚ। ਮੈਂ ਕਿਹਾ ਯਾਰ ਸਾਡਾ ਗੁੜ ਹੀ ਖਰਾਬ ਕਰਤਾ ਇਹਨਾਂ ਲੋਕਾਂ ਨੇ। ਅਸੀਂ, ਤੁਸੀਂ ਦੇਖੋ, ਮੈਂ ਨਿੱਕਾ ਹੁੰਦਾ ਜਦੋਂ ਛੋਟਾ ਹੁੰਦਾ ਸੀ ਤੇ ਅਸੀਂ ਉਹ ਭੇਲੇ ਬੜਬੜੇ ਯੂਪੀ ਦਾ ਗੁੜ ਨਹੀਂ ਪਸੰਦ ਕਰਦੇ, ਅਸੀਂ ਲੈਂਦੇ ਵੀ ਨਹੀਂ, ਸਾਡੇ ਤਾਂ ਲੇਡੀ, ਅਸੀਂ ਤਾਂ ਪਿੰਡਾਂ ਤੋਂ ਗੁੜ ਲੈਂਦੇ ਸੀ। ਸਾਡਾ ਇੱਕ ਗਿਫਟ ਹੈ ਯਾਰ ਗੁੜ, ਸਾਡਾ ਪੰਜਾਬ ਦਾ ਗੁੜ ਹੈ, ਮੱਕੀ ਦੀ ਰੋਟੀ, ਸਰੋਂ ਦਾ ਸਾਗ, ਲੱਸੀ, ਮੱਖਣ, ਸਾਡਾ ਗਿਫਟ ਹੈ, ਲੋਕੀ ਖਾਣ ਆਉਂਦੇ ਦੂਰੋਂ ਦੂਰੋਂ। ਸਾਡੇ ਗੁੜ ਦਾ ਕੀ ਬਣਾਤਾ, ਚੀਨੀ ਪਾਪਾ, ਉਹ ਸਿਰਫ ਦੇਖਣ ਨੂੰ ਗੁੜ ਲੱਗ ਰਿਹਾ, ਚੀਨੀ ਆ, ਸੁੱਟੀ ਜਾਂਦੇ ਬੋਰੇ ਭਰ ਭਰ, ਮੈਂ ਤਾਂ ਦੇਖਿਆ। ਮਤਲਬ ਮੈਂ ਚਾਹੁੰਦਾ ਵੀ ਜਿੱਥੇ ਅਸੀਂ ਗੱਲ ਕਰਦੇ ਹਾਂ ਪ੍ਰਸ਼ਾਸਨ ਨੂੰ ਵੀ, ਜਿਹੜੇ ਡੈਪਟੀ ਕਮਿਸ਼ਨਰ ਆ ਜਾਂ SSP ਆ ਜਾਂ ਪੁਲਿਸ ਪ੍ਰਸ਼ਾਸਨ ਆ, ਉਹਨਾਂ ਨੂੰ ਵੀ ਪੂਰਾ ਸਟ੍ਰਿਕਟਲੀ ਇਹ ਬੰਦ ਕਰਾਉਣੇ ਚਾਹੀਦੇ ਬੇਲਣੇ। ਬੇਲਣੇ ਦਾ ਸਮਾਂ ਜਿਹੜਾ ਨਾ, ਦੀਵਾਲੀ ਤੇ ਬੇਲਣੇ ਚੱਲਣੇ ਚਾਹੀਦੇ ਆ। ਜਦੋਂ ਸਾਡਾ ਜ਼ਿਮੀਦਾਰ ਭਰਾ ਨਹੀਂ ਗਾ, ਫਿਰ ਤੁਸੀਂ ਇੱਕ ਗੱਲ ਦੇਖੋ, ਜਿਹੜੀਆਂ ਖੰਡ ਮਿੱਲਾਂ ਆ ਉਹ ਨਹੀਂ ਚੱਲ ਰਹੀਆਂ ਅਜੇ, ਉਹਨੂੰ ਵੀ ਦਿਸਦਾ ਵੀ ਗੰਨਾ ਕੱਚਾ ਆ, ਉਹਦੀ ਖੰਡ ਨਹੀਂ ਬਣਨੀ, ਇਹਨਾਂ ਨੇ ਗੁੜ ਬਣਾ ਦੇਣਾ, ਕਿਉਂਕਿ ਇਹਨਾਂ ਨੇ ਖੰਡ ਪੁਰਾਣੀ ਪਾਉਣੀ। ਔਰ ਖੰਡ ਇੱਦਾਂ ਦੀ ਸਬ ਸਟੈਂਡਰਡ ਦੀ ਗਿੱਲੀ ਮਾਇਸਚਰ ਵਾਲੀ ਖੰਡ ਪਾਉਂਦੇ ਆ, ਕੀੜੀਆਂ ਕੱਢਣ ਵਾਲੀ ਖੰਡ ਪਾਉਂਦੇ ਆ। ਔਰ ਮੈਨੂੰ ਤਾਂ ਇਹ ਵੀ ਪਤਾ ਲੱਗਾ ਵੀ ਜਿਹੜੀ ਰੇਲਵੇ ਸਟੇਸ਼ਨਾਂ ਤੇ ਬੋਰੇ ਫਟ ਜਾਂਦੇ ਆ, ਉਹ ਜਿਹੜੀ ਖੰਡ ਵਾ, ਮੈਨੂੰ ਕੱਲ ਪਰਸੇ ਪਤਾ ਲੱਗਾ ਵੀ ਉਹ ਖੰਡ ਇਹਨਾਂ ਨੂੰ ਸਸਤੇ ਭਾਅ ਮਿਲ ਜਾਂਦੇ, ਟਰੱਕਾਂ ਦੇ ਟਰੱਕ ਲਿਆਉਂਦੇ, ਇਹ ਸਾਰੇ ਵੰਡ ਲੈਂਦੇ, ਫਿਰ ਉਹ ਗੁੜ ਬਣਾਉਂਦੇ ਉਹਦਾ। ਸਵੀਟ ਸ਼ੋਪ ਤੇ ਤੁਸੀਂ ਰੇਡ ਕੀਤੀ? ਹਾਂਜੀ, ਸਵੀਟ ਸ਼ੋਪ ਤੇ, ਹਾਂ, ਕੱਲ ਸਵੀਟ ਸ਼ੋਪ ਸੀ ਕੀਤੀਆਂ ਜੀ 20 ਤਰੀਕ ਨੂੰ। ਅੱਜ ਸਾਡੇ ਸਪੈਸ਼ਲ ਡਰਾਈਵ ਸੀ, ਇਹ ਤਾਂ ਸਾਡਾ ਵਿੱਚ ਤੁਸੀਂ ਵਾਧਾ ਹੋ ਗਿਆ ਸਾਡੇ, ਵੀ ਪੇਠਾ ਵੀ ਅਸੀਂ ਫੜਨਾ, ਸਾਨੂੰ ਨੋਟਿਸ ਲਿਆਂਦਾ ਕਹਿੰਦੇ ਤੇ ਪੇਠਾ ਯਾਰ ਹਲਵਾਈਆਂ ਦਾ, ਇਹਨਾਂ ਨੂੰ ਵੀ ਦੇਖੋ ਫੋਕਲ ਪੁਆਇੰਟ ਤੇ, ਅਸੀਂ ਫਿਰ ਆ ਗਏ ਹਾਂ। ਅਦਰਵਾਈਜ਼ ਅੱਜ ਸਪੈਸ਼ਲ ਆਦੇਸ਼ ਹੈ ਵੀ ਜਿਹੜਾ ਡਰਾਈ ਫਰੂਟ ਹੈ, ਕਿਉਂਕਿ ਤੁਸੀਂ ਡਰਾਈ ਫਰੂਟ ਵੀ ਸਾਰਿਆਂ ਨੂੰ, ਅਸੀਂ ਲੋਕਾਂ ਨੂੰ ਘਰਾਂ 'ਚ ਦੇਣਾ, ਅਸੀਂ ਡਰਾਈ ਫਰੂਟ ਵੀ ਚੈੱਕ ਕਰਾਂ ਵੀ ਉਹਦਾ ਮਿਆਰ ਵੀ ਠੀਕ ਹੋਣਾ ਚਾਹੀਦਾ। ਅੱਛਾ ਸਰ, ਇੱਕ ਬੜਾ ਵੱਡਾ ਸਵਾਲ ਪੈਦਾ ਹੁੰਦਾ ਵਾ ਵੀ ਪੰਜਾਬ ਵਿੱਚ ਨਾ ਤਾਂ ਮੱਝਾਂ ਰਹਿ ਗਈਆਂ, ਡੇਅਰੀ ਫਾਰਮ ਹੈਗੇ, ਲੇਕਿਨ ਦੁੱਧ ਅਗਰ ਲਿਆ ਜਾਵੇ ਤੇ ਜਿੰਨਾ ਮਰਜ਼ੀ, ਭਾਵੇਂ 50 ਕੁਇੰਟਲ, ਭਾਵੇਂ 100 ਕੁਇੰਟਲ ਪਨੀਰ ਦੀ ਗੱਲ ਕੀਤੀ, ਪਨੀਰ ਜਿੰਨਾ ਮਰਜ਼ੀ ਲੈ ਲਓ, ਆਖਿਰ ਇਹ ਪਨੀਰ ਕਿੱਥੋਂ ਆਉਂਦਾ ਵਾ? ਲੋਕਾਂ ਦਾ ਬੜਾ ਵੱਡਾ ਸਵਾਲ ਹੈ ਵੀ ਕਿਉਂ ਪੈਦਾਵਾਰ ਹੁੰਦੀ ਹੈ, ਕਿਉਂ ਅਤੇ ਸਿਕਤਾਈ ਕਿਉਂ ਨਹੀਂ ਕੀਤੀ? ਦੇਖੋ, ਇੱਕ ਗੱਲ ਮੈਂ ਕਹਿਣੀ ਚਾਹੁੰਦਾ, ਜਿਹੜਾ ਪਨੀਰ ਹੈ, ਦੁੱਧ ਹੈ, ਇਹ ਜਦੋਂ ਤੁਹਾਡੇ ਕੋਲ ਡਿਮਾਂਡ ਬਹੁਤੀ ਹੈ, ਹਨਾ, ਤੁਸੀਂ ਇੱਥੇ, ਮੈਂ ਤਾਂ ਇੱਦਾਂ ਦਾ ਵੀ ਦੇਖਿਆ ਵੀ ਕਿਸੇ ਨੂੰ ਕਹੀਏ ਯਾਰ ਸਾਨੂੰ 1 ਕੁਇੰਟਲ ਪਨੀਰ ਚਾਹੀਦਾ, ਉਹ ਕਹਿੰਦਾ ਜੀ ਲੈ ਜਾਓ 3 ਵਜੇ ਆ ਕੇ ਲੈ ਜਾਓ, 2 ਘੰਟੇ ਬਾਅਦ ਲੈ ਜਾਓ। ਸੋ ਇਹ ਚੀਜ਼ਾਂ ਅਸੀਂ ਸੈਂਪਲ ਭਰੇ ਆ, ਸੈਂਪਲ ਫੇਲ ਆਏ, ਅਨਸੇਫ ਆਏ ਪਨੀਰ ਦੇ ਸੈਂਪਲ ਸਾਡੇ। ਸੋ ਗੱਲ ਇਹ ਆ ਵੀ ਮੈਂ ਇਹ ਕਹਿਣਾ ਚਾਹੁੰਦਾ ਵੀ ਲੋਕਾਂ ਨੂੰ ਵੀ ਥੋੜ੍ਹਾ ਜਿਹਾ, ਮੈਂ ਫਿਰ ਉੱਥੇ ਹੀ ਆਉਣਾ ਵੀ ਜਿਹੜਾ ਤੁਸੀਂ ਇੱਕ ਤਾਂ ਕਿਸੇ ਤੇ ਕੈਟਰਿੰਗ ਵਾਲੇ ਤੇ ਕੈਟਰ ਤੇ ਬਿਲਕੁਲ ਨਾ ਸੁੱਟੋ, ਜਿੱਦਾਂ ਪਾਣੀ ਪਿੱਛੇ ਜੇ ਸਾਰਾ ਨਕਲੀ ਪਾਣੀ, ਪਤਾ ਨਹੀਂ ਉਹ ਭਰਿਆ ਕਿੱਥੇ ਆ, ਘਰੇ ਟੂਟੀ ਦਾ ਭਰਿਆ, ਉਹ ਪੈਕਿੰਗ ਗਲਾਸਿਸ ਜਿਹੜੇ ਪਾਣੀ ਦੇ ਆ ਉਹ ਬਲਕ ਵਿੱਚ ਮੈਂ ਡਿਸਟਰੋਏ ਕਰਾਏ। ਸੋ ਫਿਰ ਦੂਜਾ ਦੇਖੋ ਵੀ ਜਿਹੜਾ ਉੱਥੇ ਪਨੀਰ ਆ ਉਹ ਵੀ ਫੜਿਆ, ਜਿਹੜਾ ਪਨੀਰ ਇਹਨੇ ਗੰਦ ਚੋਂ ਚੱਕਿਆ, ਮੈਂ ਜਿਹੜਾ ਪਾਣੀ ਦੇਖ ਨਹੀਂ ਹੁੰਦਾ ਸੀਗਾ। ਸੋ ਮੇਰਾ ਕਹਿਣ ਦਾ ਮਤਲਬ ਹੈ
ਤੇ ਲੋਕਾਂ ਲੋਕਾਂ ਨੂੰ ਵੀ ਜਿੱਦਾਂ ਹੁਣ ਮੈਂ ਘਰੇ ਆਪਣੇ ਛਾਦੀ ਆ ਜਾਂ ਕੋਈ 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 ਵੀ ਪ੍ਰੋਗਰਾਮ ਹੈ ਤਾਂ ਮੈਂ ਕੈਟਰਰ ਨੂੰ ਹਲਵਾਈ ਨੂੰ ਇਹ ਕਹਿੰਦਾ ਵੀ ਯਾਰ ਤੂੰ ਆਹ ਇੰਨੇ ਬੰਦਿਆਂ ਦਾ ਪ੍ਰਬੰਧ ਕਰ ਦੇਣਾ, ਕਿਉਂ ਉਹਨੂੰ ਰੋ ਮਟੀਰੀਅਲ ਕਿਉਂ ਨਹੀਂ ਦਿੰਦੇ, ਪਨੀਰ ਅਸੀਂ ਕਿਉਂ ਨਹੀਂ ਖਰੀਦ ਕੇ ਦਿੰਦੇ ਆਪਾਂ, ਉੱਥੇ ਸੁੱਟ ਦਿੰਦੇ ਉਹਨੂੰ ਪਨੀਰ ਫਿਰ ਉੱਦਾਂ ਦਾ ਹੀ ਲੈਣਾ ਉਹ ਪਨੀਰ ਲੈਣੇ। ਮੈਨੂੰ ਇਹ ਹੈਰਾਨੀ ਹੁੰਦੀ ਵੀ ਮੈਂ ਬੰਦੇ ਨੂੰ ਪੁੱਛਿਆ ਪਨੀਰ ਕਿੰਨਾ ਰੇਟ ਹੈ, ਉਹ ਬੰਦਾ ਕਹਿੰਦਾ 150 ਰੁਪਏ ਕਿਲੋ। ਹੁਣ ਮੈਂ ਇੱਕ ਸਵਾਲ ਕਰਦਾ ਜਿੱਥੇ ਤੱਕ ਵੀ ਮੇਰੀ ਆਵਾਜ਼ ਜਾਂਦੀ ਹੈ, ਮੈਂ ਕਹਿੰਦਾ ਯਾਰ 50 ਰੁਪਏ ਕਿਲੋ, 50 ਰੁਪਏ 60 ਰੁਪਏ ਤੋਂ ਲੀਟਰ ਦੁੱਧ ਨਹੀਂ ਪੁੱਗਦਾ, 12 ਨਹੀਂ ਖਾਂਦਾ ਜਿਹੜਾ ਸ਼ੁੱਧ ਦੁੱਧ ਹੈ, ਤੇ 5 ਲੀਟਰ ਦੁੱਧ ਚੋਂ ਮਸਾ ਕਿਲੋ ਪਨੀਰ ਬਣਦਾ, ਤੇ 250 ਰੁਪਏ ਤਾਂ ਯਾਰ ਉਹਦੀ ਕੋਸਟ ਬਣ ਗਈ ਕਮ ਸੇ ਕਮ ਉਹਦੀ, ਤੇ ਤੁਹਾਨੂੰ ਕਿੱਦਾਂ ਦੇ ਦੋ। ਲੋਕਾਂ ਨੂੰ ਵੀ ਚਾਹੀਦਾ ਵੀ ਯਾਰ ਘੱਟ ਪਨੀਰ ਪਾ ਲਓ ਪਰ ਪਾਓ ਸ਼ੁੱਧ, ਉਹਦਾ ਮਿਆਰ ਠੀਕ ਹੋਵੇ। ਅਸੀਂ ਤੁਸੀਂ ਖਾਣਾ ਵਿਆਹ ਚ ਸਾਡੇ ਰਿਸ਼ਤੇਦਾਰ ਆਏ ਆ, ਨਾ ਪਾਓ ਪਨੀਰ, ਕੋਈ ਜ਼ਰੂਰੀ ਥੋੜਾ ਦਾਲ ਨਾਲ ਰੋਟੀ ਖਾਧੀ ਜਾ ਸਕਦੀ ਆ। ਕੀ ਵਾਰਨ ਕੀ ਕਰਨ ਜਾਓਗੇ ਜਿਹੜੇ ਸਾਡੇ ਵੀਡੀਓ ਦੇਖਦੇ ਪਏ ਆ, ਸਾਡੇ ਜਿਹੜੇ ਲੋਕ ਵੇਖਦੇ ਪਏ ਆ ਜਾਂ ਫੂਡ ਦਾ ਲਾਇਸੈਂਸ ਜਿਹੜਾ ਰਜਿਸਟ੍ਰੇਸ਼ਨ ਹੈ ਉਹ ਹਰ ਇੱਕ ਨੂੰ ਲੈਣਾ ਪਏਗਾ, ਭਾਵੇਂ ਕੋਈ 10 ਰੁਪਏ ਦੀ ਚੀਜ਼ ਵੇਚਦਾ। ਫਰਕ ਸਿਰਫ ਇੰਨਾ ਆ ਕਿ ਜੇ ਉਹ 1 ਲੱਖ ਰੁਪਇਆ ਮਹੀਨਾ ਤੋਂ ਘੱਟ ਸੇਲ ਹੈ ਤਾਂ ਉਹਨੂੰ ਰਜਿਸਟ੍ਰੇਸ਼ਨ ਬਣਾਉਣੀ ਪੈਣੀ, ਜੇ 1 ਲੱਖ ਤੋਂ ਜਾਂ 1 ਲੱਖ ਤੋਂ ਉੱਪਰ ਸੇਲ ਹੈ ਤੇ ਉਹ ਜਿਹੜੀ ਆ ਉਹਨੂੰ ਲਾਇਸੈਂਸ ਲੈਣਾ ਪੈਣਾ। ਸੋ ਜਿਹੜਾ ਮੇਨ ਗੱਲ ਆ, ਪਰ ਮੈਂ ਇਹ ਕਹਿੰਦਾ ਇਹ ਜ਼ਰੂਰ ਵੀ ਜਿਹੜਾ ਵੀ ਕੋਈ ਮਠਿਆਈ ਵਾਲਾ ਕੋਈ ਵੀ ਵਿਕਰੇਤਾ ਆ ਉਹ ਐਵੇਂ 1-2% ਵਿਕਰੇਤਾ ਹੁੰਦਾ, 99% ਚੀਜ਼ਾਂ ਉਹ ਖਾਂਦਾ ਜਿਹੜਾ ਆਪ ਖਰੀਦਦਾਰ ਵੀ ਹੈ, ਖਰੀਦਦਾ ਵੀ ਘਰੇ ਲੈ ਜਾਂਦਾ ਬੱਚਿਆਂ ਲਈ ਲੈ ਜਾਂਦਾ। ਜਦੋਂ ਖਰੀਦਦਾਰ ਹੁੰਦਾ ਉਦੋਂ ਕਹਿੰਦਾ ਮਿਆਰੀ ਚੀਜ਼ ਮਿਲੇ, ਜਦੋਂ ਵੇਚਣ ਵਾਲਾ ਹੁੰਦਾ ਉਦੋਂ ਜੋ ਮਰਜ਼ੀ ਗੰਦ ਤਿਆਰ ਕਰਕੇ ਵੇਚੀ ਜਾਵੇ। ਨਹੀਂ ਯਾਰ, ਦੋਹਰੇ ਮਾਪਦੰਡ ਨਹੀਂ ਚੱਲਣੇ, ਵੇਚਣ ਵਾਲਾ ਵੀ ਸਾਡਾ ਹੀ ਆ, ਖਰੀਦਣ ਵਾਲਾ ਵੀ ਸਾਡਾ ਆ। ਜੇ ਖਰੀਦਦਾਰ ਆ ਤਾਂ ਹੋਰ ਮਾਪਦੰਡ, ਵੇਚਣ ਵਾਲਾ ਅੱਗੇ ਹੋਰ ਆ, ਇਹ ਨਹੀਂ ਚੱਲਣਾ। ਇਸੇ ਤਰ੍ਹਾਂ ਚੱਲਦਾ ਰਹੇਗਾ ਮਿਸ਼ਨ, ਇਹ ਚੱਲਦੀ ਰਹੂਗੀ ਕੰਪੇਨ, ਇਹ ਜਰਾ ਤੇਜ਼ੀ ਆ ਜੀ, ਤਾਂ ਤਿਉਹਾਰਾਂ 'ਚ ਥੋੜ੍ਹੀ ਤੇਜ਼ੀ ਆ, ਗਾਂ ਥੋੜ੍ਹੀ ਜਿਹੀ ਰੂਟੀਨ 'ਚ ਹੋ ਜਾਏਗੀ ਥੋੜ੍ਹਾ। ਅਤੇ ਹਾਂਜੀ, ਥੈਂਕ ਯੂ, ਸ਼ੁਕਰ। ਇਹ ਸਨ ਸਰਦਾਰ ਲਖਵੀਰ ਸਿੰਘ, ਡਿਸਟ੍ਰਿਕਟ ਹੈਲਥ ਆਫੀਸਰ, ਜਿਹੜੇ ਤਰਨ ਤਾਰਨ ਸਪੈਸ਼ਲ ਤੌਰ 'ਤੇ ਹੁਸ਼ਿਆਰਪੁਰ ਤੋਂ ਇਹਨਾਂ ਦੀ ਇੱਥੇ ਹੋਈ ਆ, ਜੁਆਇਨਿੰਗ ਹੋਈ ਆ। ਤਾਂ ਲਗਾਤਾਰ ਇਹਨਾਂ ਵੱਲੋਂ ਇਹ ਪ੍ਰਾਲੀ ਕੀਤੀ ਜਾ ਰਹੀ ਵੀ ਜਿੰਨੀਆਂ ਮਠਿਆਈ ਦੁਕਾਨਾਂ ਵਾਂ ਜਾਂ ਹਲਵਾਈ ਦੀਆਂ ਦੁਕਾਨ, ਦੂਜੀਆਂ ਸਵੀਟ ਸ਼ਾਪਸ ਆ ਜਾਂ ਦੁੱਧ ਦੀਆਂ ਡੇਅਰੀਆਂ ਵਾਂ, ਕਿਸੇ ਤਰ੍ਹਾਂ ਦਾ ਵੀ ਕੋਈ ਜਿੱਥੇ ਫੂਡ ਆਈਟਮ ਬਣਦੀ ਆ, ਉਹਨਾਂ 'ਤੇ ਸੈਂਪਲਿੰਗ ਲਗਾਤਾਰ ਕੀਤੀ ਜਾਏਗੀ। ਹੁਣ ਵੇਖਣਾ ਇਹ ਹੋਏਗਾ ਵੀ ਜਿਹੜੀ ਤਿਉਹਾਰਾਂ ਦੇ ਮੌਸਮ ਜਿਹੜੀ ਸੈਂਪਲਿੰਗ ਹੁੰਦੀ ਪਈ ਆ, ਕਿ ਗਾਂ ਤੋਂ ਵੀ ਜਿਹੜੇ ਅਗਲੇ ਜਿਹੜੇ ਅਧਿਕਾਰੀ ਆ ਉਹ ਕਰਦੇ ਕਿ ਨਹੀਂ ਕਰਦੇ। ਕੁਲਦੀਪ ਸਿੰਘ ਦੀਪਾ, ਰੋਜ਼ਾਨਾ ਸਪੋਕਸਮੈਨ, ਤਰਨ ਤਾਰਨ।